ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। क्वेश्चन कह रहे हैं, विच ऑफ द फॉलोइंग स्टेटमेंट्स आर ट्रू। इफ अ नंबर इज डिविजिबल बाय 3, इट मस्ट बी डिविजिबल बाय 9। इथे कह रहे हैं कि अगर एक नंबर 3 नाल डिविजिबल है तो वो 9 नाल भी डिविजिबल होएगा। ये स्टेटमेंट सही है कि नहीं? अगर वो नंबर 3 नाल डिविजिबल है तो उसका मतलब होया कि वो मल्टीपल होएगा 3 का। तो बस सब तो पहला मल्टीपल लिख लेने हैं 3 दे। दे मल्टीपल ऑफ 3 ए हो गए 3, 6, 9, 12, 15, 18 एवं। हुन नंबर जेड़ा 9 ना डिविजिबल है, एदा मतलब है कि वो मल्टीपल है 9 दा। ते अपन मल्टीपल 9 दे भी लिख लेने हैं। मल्टीपल ऑफ 9 ए हो जाएंगे 9, 18, 27, 36। ਤੇ ਵੇਖਦੇ ਆ ਕਿ ਇੱਥੇ ਬਹੁਤ ਸਾਰੇ ਐਵੇਂ ਜਿਹੇ ਨੰਬਰ ਨੇ ਜਿਹੜੇ 3 ਨਾਲ ਤੇ ਡਿਵੀਜ਼ੀਬਲ ਨੇ ਲੇਕਿਨ 9 ਨਾਲ ਨਹੀਂ ਹੈ। ਜਿਵੇਂ ਆਪਾਂ ਵੇਖ ਰਹੇ ਆ 6 ਹੋ ਗਿਆ, 12, 15, ਇਹ ਸਾਰੇ 9 ਹੋਰ 18 ਇਹ ਦੋਨਾਂ ਚ ਕਾਮਨ ਨੇ। ਇਸ ਤੋਂ ਇਲਾਵਾ 6, 12, 15 ਇਹ ਸਭ ਨੰਬਰ ਨੇ ਜਿਹੜੇ ਕਿ 3 ਨਾਲ ਤੇ ਡਿਵੀਜ਼ੀਬਲ ਨੇ ਲੇਕਿਨ 9 ਨਾਲ ਡਿਵੀਜ਼ੀਬਲ ਨਹੀਂ ਨੇ। ਇਸ ਲਈ ਆਪਾਂ ਕਹਿ ਸਕਦੇ ਆ ਕਿ ਇਹ ਸਟੇਟਮੈਂਟ ਫਾਲਸ ਹੈ। या नॉट ट्रू है कि अगर कोई नंबर 3 नाल डिविजिबल है तो वो 9 नाल भी डिविजिबल होएगी। धन्यवाद।